ਕੀਤੀ ਕਰੋ ਬੰਦਿਆਂ ਦੀ ਚੰਗੇ ਤੇ ਮਾੜੇ ਦੀ ਪਹਿਚਾਣ ਟੁੱਕਰ ਦੀ ਵਜ੍ਹਾ ਤੋਂ ਨਾ ਕੀਤੀ ਕਰੋ। ਜ਼ਾਹਿਰੀ ਨਮੂਦੋ ਨੁਮਾਇਸ਼ ਵੇਖ ਕੇ ਨਾ ਵੰਡ ਕੀਤੀ ਕਰੋ ਵੀ ਚੰਗਾ ਕਿਹੜਾ ਤੇ ਭੈੜਾ ਕਿਹੜਾ। ਲਾਤਾ ਦਾ ਦੁਨੀਆ ਦੇ ਅੰਦਰ ਜਾਓ, ਹਰ ਇੱਕ ਤੋਂ ਦੂਏ ਘਰ ਤੇ ਕਰਮ ਹੈ, ਹਰ ਘਰ ਦੇ ਵਿੱਚ ਮਾਸ਼ਾਅੱਲਾ। ਤੁਸੀਂ ਕੀ ਸਮਝਿਆ ਵੀ ਪੁੱਤਰ ਸਿਰਫ ਉਹਨਾਂ ਦੇ ਘਰ ਹੀ ਜੰਮਦੇ ਨੇ ਜਿਹੜੇ ਉਸ ਨੂੰ ਵਾਅਦਾ ਉਲਾ ਸ਼ਰੀਕ ਮੰਨਦੇ ਨੇ, ਜਿਹੜੇ ਉਸ ਨੂੰ ਮੰਨਦੇ ਹੀ ਨਹੀਂ ਪੁੱਤਰ ਉਹਨਾਂ ਦੇ ਘਰ ਵੀ ਜੰਮਦੇ ਨੇ। ਐਸੇ ਲੋਕਾਂ ਦੀ ਤਾਦਾਦ ਦੁਨੀਆ ਵਿੱਚ 3 ਅਰਬ ਦੇ ਕਰੀਬ ਕਰੀਬ ਏ, 1.5 ਅਰਬ ਮਾਫੀ ਚਾਹੁੰਦਾ, 1.5 ਅਰਬ ਦੇ ਮਜ਼ਹਬ ਕਰੀਬ ਨਾ ਖਾਲੀ ਏ, ਜਿਹੜੇ ਦੁਨੀਆ ਨੂੰ ਆਖਦੇ ਨੇ ਧਮਾਕੇ ਨਾਲ ਵਜੂਦ ਚ ਆਈ, ਔਰ ਧਮਾਕੇ ਨਾਲ ਬਿਗ ਬੈਂਗ ਉਸ ਨੂੰ ਆਖਿਆ ਜਾਂਦਾ ਹੈ, ਉਸੇ ਨਾਲ ਵਜੂਦ ਚ ਆਈ, ਉਸੇ ਨਾਲ ਖਤਮ ਹੋ ਜਾਂਦੀ ਹੈ। ਕੀਤੀ ਕਰੋ ਸਾਰਿਆਂ ਨੂੰ ਦੇ ਦੇਸੀ ਕੱਪੜਾ ਜੁੱਤੀ ਰਿਜ਼ਕ ਦੀ ਫਰਵਾਨੀ ਹੋਈ। ਇਹ ਬੰਦਾ ਅੱਜ ਦੇ ਦੌਰ ਵਿੱਚ ਕੁਝ ਕਰਨ ਵਾਲਾ ਹੋਵੇ ਨਾ ਕੁਝ ਕਰਨ ਵਾਲਾ, ਭੁੱਖਾ ਨਹੀਂ ਮਰਦਾ ਤੇ ਬਾਕੀ ਭੁੱਖ ਖਾਇਸ਼ਾਤ ਦੀ ਏ। ਟੁੱਕਰ ਦੀ ਹੁਣ ਭੁੱਖ ਨਹੀਂ ਰਹਿ ਗਈ, ਹੁਣ ਖਾਇਸ਼ਾਤ ਦੀ ਭੁੱਖ ਰਹਿ ਗਈ ਏ, ਵੀ ਫਲਾਂ ਚੀਜ਼ ਵੀ ਹੋਵੇ ਤੇ ਫਲਾਂ ਚੀਜ਼ ਵੀ ਹੋਵੇ। ਯਾਦ ਰੱਖੋ ਜਵਾਨੋ, ਜਿਸ ਦੀ ਵੀ ਵੱਢ ਕਰੇ ਆਏ ਨਾ ਉਸ ਦੀ ਮੈਜ਼ਾਨ ਮਾਰਫਤ ਨੂੰ ਬੁਲੰਦ ਕਰਕੇ ਕਰੇ ਆਏ। ਦੁੱਧ ਪੁੱਤਰ ਸਾਰਿਆਂ ਨੂੰ ਦੇ ਦਿੰਦਾ ਹੈ, ਜੁੱਤੀ ਕੱਪੜਾ ਸਾਰਿਆਂ ਨੂੰ ਦੇ ਦਿੰਦਾ ਹੈ, ਕਾਰਾਂ ਕੋਠੀਆਂ ਰਕਬੇ ਜਾਇਦਾਦ ਸੰਗਤਾਂ ਨਾਮ ਸਾਰਿਆਂ ਨੂੰ ਦੇ ਦਿੰਦਾ ਹੈ, ਇਹ ਰਿਜ਼ਕ ਸਾਰਿਆਂ ਨੂੰ ਦੇ ਦਿੰਦਾ ਹੈ, ਪਰ ਆਪਣੀ ਮੁਹੱਬਤ ਸਿਰਫ ਉਸ ਨੂੰ ਦਿੰਦਾ ਹੈ ਜਿਹੜਾ ਸਹਿਲ ਹੋਵੇ।